ਇਹ ਪਵਿੱਤਰ ਜਗ੍ਹਾ ਹੈ ਜੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠ ਕੇ ਭਗਤੀ ਕਰਿਆ ਕਰਦੇ ਸਨ। ਇਹ ਪਵਿੱਤਰ ਜਗ੍ਹਾ ਤੁਸੀਂ ਘਰ ਬੈਠੇ ਬੈਠੇ ਦਰਸ਼ਨ ਕਰ ਸਕਦੇ ਹੋ ਜੀ। ਗੁਰਦੁਆਰਾ ਸ਼੍ਰੀ ਗੁਰੂ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿੱਚ ਇਹ ਜਗ੍ਹਾ ਹੈ ਜੀ ਜਿੱਥੇ ਜੋ ਤੁਸੀਂ ਇਸ ਟਾਈਮ ਵੀਡੀਓ ਵਿੱਚ ਦੇਖ ਰਹੇ ਹੋ। ਦੂਰ ਦੂਰ ਤੋਂ ਸੰਗਤਾਂ ਇਸ ਪਵਿੱਤਰ ਜਗ੍ਹਾ 'ਤੇ ਦਰਸ਼ਨ ਕਰਨ ਆਉਂਦੀਆਂ ਹੈ ਜੀ। ਤੁਸੀਂ ਦੇਖ ਸਕਦੇ ਹੋ ਕਿਵੇਂ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਇੱਥੇ ਦਰਸ਼ਨ ਕਰ ਰਹੀਆਂ ਨੇ, ਬਾਣੀ ਪੜ੍ਹ ਰਹੀਆਂ ਨੇ ਅਤੇ ਚਾਰ ਚੁਫੇਰਾ ਤੁਸੀਂ ਸਾਰਾ ਸੀਨ ਦੇਖ ਸਕਦੇ ਹੋ ਘਰ ਬੈਠੇ ਬੈਠੇ। ਅਤੇ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਉ ਜੀ, ਨਾਲੇ ਇਸ ਪਵਿੱਤਰ ਜਗ੍ਹਾ 'ਤੇ ਦਰਸ਼ਨ ਕਰੋ ਜੀ। ਬਹੁਤ ਹੀ ਖੂਬਸੂਰਤ ਜਗ੍ਹਾ, ਭਗਤੀ ਦਾ ਘਰ ਜਿੱਥੇ ਸੱਚੇ ਪਾਤਸ਼ਾਹ ਬੈਠ ਕੇ ਭਗਤੀ ਕਰਦੇ ਰਹੇ, ਉਸ ਤੋਂ ਵੱਡਾ ਭਗਤੀ ਦਾ ਘਰ ਭਲਾ ਕਿਹੜਾ ਹੋ ਸਕਦਾ ਆ। ਦੇਖੋ ਕਿਵੇਂ ਦੂਰ ਦੂਰ ਤੋਂ ਸੰਗਤਾਂ ਆ ਕੇ ਇਸ ਪਵਿੱਤਰ ਜਗ੍ਹਾ ਦੇ ਦਰਸ਼ਨ ਕਰ ਰਹੀਆਂ ਨੇ। ਦੇਖ ਸਕਦੇ ਹੋ ਜੀ ਤੁਸੀਂ ਅਤੇ ਇਸ ਵੀਡੀਓ ਨੂੰ ਆਪਣੇ ਗਰੁੱਪਾਂ 'ਤੇ ਹੋਰ ਜਿੱਥੇ ਵੀ ਹੋ ਸਕਦਾ ਸ਼ੇਅਰ ਕਰੋ ਤਾਂ ਕਿ ਪੂਰੀ ਦੁਨੀਆ ਦੇ ਨਾਨਕ ਨਾਮ ਲੇਵਾ ਲੋਕ ਜੋ ਹੈ ਉਹ ਇਸ ਪਵਿੱਤਰ ਜਗ੍ਹਾ ਦੇ ਦਰਸ਼ਨ ਕਰ ਸਕਣ ਜੀ। ਇੱਧਰ ਇਤਿਹਾਸ ਲਿਖਿਆ ਹੋਇਆ ਆ, ਇਹ ਤਪ ਸਥਾਨ ਆ ਜੀ, ਇੱਥੇ ਗੁਰੂ ਮਹਾਰਾਜ ਤਪ ਕਰਦੇ ਰਹੇ ਆ ਬੈਠ ਕੇ। ਅਤੇ ਇੱਧਰ ਜੀ ਉਹਨਾਂ ਦੇ ਹੀ ਹੱਥਾਂ ਨਾਲ ਲਾਈ ਹੋਈ ਬੇਰੀ ਹੈ ਜੋ ਬਹੁਤ ਪੁਰਾਣੀ ਇਤਿਹਾਸਕ ਬੇਰੀ ਹੈ ਜੀ ਇਹ, ਅਤੇ ਕਾਫੀ ਵਿਸ਼ਾਲ ਜਗ੍ਹਾ ਵਿੱਚ ਹੈ। ਇੱਧਰ ਮਹਾਰਾਜ ਦੀਆਂ ਜੋਤਾਂ ਜਗਦੀਆਂ ਨੇ, ਲੋਕ ਮੱਥਾ ਟੇਕ ਰਹੇ ਨੇ, ਦਰਸ਼ਨ ਕਰ ਰਹੇ ਨੇ ਜੀ। ਮਹਾਰਾਜ ਦੇ ਘਰ ਜੋਤਾਂ ਸਦਾ ਜਗਦੀਆਂ ਰਹਿਣ, ਘਿਓ ਨਾਲ ਭਰੀਆਂ ਹੋਈਆਂ ਜੋਤਾਂ। ਬੇਰੀ ਸਾਹਿਬ ਦਾ ਜੋ ਏਰੀਆ ਕਾਫੀ ਵੱਡਾ ਹੈ ਕਿਉਂਕਿ ਇੱਕ ਪੁਰਾਤਨ ਦਰਖਤ ਹੈ, ਇਸ ਵਾਸਤੇ ਬਹੁਤ ਵੱਡੀ ਜਗ੍ਹਾ 'ਤੇ ਫੈਲਿਆ ਹੋਇਆ ਹੈ। ਦੇਖੋ ਜੀ ਦਰਸ਼ਨ ਕਰੋ ਜੀ ਬੇਰੀ ਸਾਹਿਬ ਦੇ, ਤੁਸੀਂ ਘਰ ਬੈਠੇ ਬੈਠੇ, ਤੁਸੀਂ ਦੁਨੀਆ 'ਚ ਕਿਸੇ ਵੀ ਜਗ੍ਹਾ 'ਤੇ ਹੋ ਘਰ ਬੈਠੇ ਬੈਠੇ ਹੀ ਦਰਸ਼ਨ ਕਰ ਸਕਦੇ ਹੋ ਜੀ। ਇਹ ਵੀਡੀਓ ਇਸੇ ਵਾਸਤੇ ਬਣਾਇਆ ਗਿਆ ਆ, ਇਹ ਕਿਸੇ ਮੇਰੇ ਹੀ ਸਰਕਲ ਦਾ ਆਦਮੀ ਜੋ ਬਾਹਰ ਰਹਿੰਦਾ ਉਹਨਾਂ ਨੇ ਕਿਹਾ ਸੀ ਅਤੇ ਮੈਂ ਕਿਹਾ ਕਿਉਂ ਨਾ, ਉਹਨਾਂ ਕਿਹਾ ਸੀ ਕਿ ਸਾਨੂੰ ਸੈਂਡ ਕਰਿਓ, ਤਾਂ ਮੈਨੂੰ ਯੂਟਿਊਬ 'ਤੇ ਹੀ ਲੋਡ ਕਰ ਦਿੱਤਾ ਕਿ ਸਾਰੇ ਲੋਕ ਹੀ ਵੇਖਣ, ਸਾਰੀ ਦੁਨੀਆ ਹੀ ਵੇਖੇ। ਅਸੀਂ ਹੁਣ ਜੀ ਜੋ ਇੱਥੇ ਛੋਟਾ ਦਰਿਆ ਸਾਹਿਬ ਹੈ ਜੀ ਜਿੱਥੇ ਗੁਰੂ ਮਹਾਰਾਜ ਇਸ਼ਨਾਨ ਕਰਿਆ ਕਰਦੇ ਸਨ, ਉਸ ਤਰਫ ਜਾ ਰਹੇ ਹਾਂ ਜੀ। ਇਹ ਸਾਹਮਣੇ ਜੋ ਦਰਵਾਜ਼ੇ ਨੇ, ਇਹਨਾਂ ਤੋਂ ਅੱਗੇ ਜੋ ਦਰਿਆ ਸਾਹਿਬ ਦਿਖ ਰਿਹਾ ਜੀ, ਛੋਟਾ ਦਰਿਆ ਕਹਿੰਦੇ ਜੀ, ਨਦੀ ਕਹਿੰਦੇ ਜੀ, ਦਿਖ ਰਹੇ ਨੇ। ਇਹਨਾਂ ਦਾ ਵੀ, ਇਸ ਸਥਾਨ ਦਾ ਵੀ ਗੁਰੂ ਮਹਾਰਾਜ ਨਾਲ ਇੱਕ ਰਿਸ਼ਤਾ ਹੈ ਜੀ। ਦੇਖੋ ਸੇਵਾਦਾਰਾਂ ਨੇ, ਬਾਬੇ ਮਹਾਂਪੁਰਸ਼ਾਂ ਨੇ ਕਿੰਨਾ ਸੋਹਣੀ ਜਗ੍ਹਾ ਬਣਾਈ ਹੋਈ ਆ। ਫਿਰ ਦੁਬਾਰਾ ਅਸੀਂ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਹਾਂ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ। ਅਤੇ ਕਿਉਂਕਿ ਮੇਰਾ ਮਕਸਦ ਸੀ ਤਪ ਅਸਥਾਨ ਦਿਖਾਉਣਾ, ਅਤੇ ਤਪ ਅਸਥਾਨ ਦੇ ਨਾਲ ਕਿਉਂਕਿ ਬਾਹਰ ਦਾ ਜੋ ਮੈਂ ਸੀਨ ਇਸ ਵਾਸਤੇ ਦਿਖਾ ਰਿਹਾ ਕਿ ਸਭ ਨੂੰ ਪਤਾ ਚੱਲ ਸਕੇ ਕਿ ਇਹ ਤਪ ਅਸਥਾਨ ਕਿਹੜੀ ਜਗ੍ਹਾ ਹੈ, ਅਤੇ ਜਦੋਂ ਤੁਸੀਂ ਆਵੋ ਇੱਥੇ ਤਾਂ ਤੁਸੀਂ ਬੜੀ ਆਸਾਨੀ ਨਾਲ ਤਪ ਅਸਥਾਨ ਸਾਹਿਬ ਦੇ ਦਰਸ਼ਨ ਕਰ ਸਕੋ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।